ਹੈਲੋ, ਸਤਿ ਸ੍ਰੀ ਅਕਾਲ ਦੋਸਤੋ। ਮੈਂ ਮਹਿਕਦੀਪ ਸਿੰਘ, ਅੰਮ੍ਰਿਤਸਰ ਏਰੀਆ ਤੋਂ। ਵੀਰ ਜੀ, ਆਪਣਾ ਝੋਨਾ ਜੇ ਆਹ ਕੰਡੀਸ਼ਨ 'ਚ ਜੇ 21 ਦਿਨ ਦਾ ਹੋ ਗਿਆ ਜੇ, 7 ਜੂਨ ਦੀ ਬਿਜਾਈ ਆ, ਅਤੇ ਇਹਦੇ ਵਿੱਚ ਆਪਾਂ ਜਾਣਾਂਗੇ ਕਿ ਹੁਣ ਤੱਕ ਕੀ ਕੁਛ ਜਿਹੜਾ ਹੈਗਾ ਪਾਇਆ ਗਿਆ ਵਾ, ਅਤੇ ਹੋਰ ਨਵੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ 10 ਦਿਨਾਂ ਵਿੱਚ ਕਿਹੜੀਆਂ ਕਿਹੜੀਆਂ ਆਈਆਂ ਸਾਹਮਣੇ। ਅਤੇ ਬਾਕੀ ਫੁਟਾਰਾ ਵਗੈਰਾ ਵੀਰ ਤੁਸੀਂ ਦੇਖ ਸਕਦੇ ਜੋ 21 ਦਿਨ ਦਾ, ਇਹ 21 ਦਿਨ ਦਾ ਜੇ ਫੁਟਾਰਾ, ਠੀਕ ਆ ਜੀ। ਇਹ ਕੰਡੀਸ਼ਨ ਆ, ਇਹ ਨਹੀਂ ਵੀ ਇੱਕ ਬੂਟਾ ਵਾ, ਸਾਰੇ ਬੂਟੇ ਇਸ ਤਰ੍ਹਾਂ ਹੀ। ਸੋ ਓਵਰਆਲ ਜੇ ਦੇਖੀਏ ਤਾਂ 21 ਦਿਨ ਕੁਛ ਵੀ ਨਹੀਂ ਹੁੰਦੇ, ਪਰ ਇਹਦੀ ਗਰੋਥ ਜਿਹੜੀ ਹੈਗੀ ਉਹ ਵੱਖਰੀ ਆ। 21 ਵਰਾਇਟੀ, 121 PR, ਅਤੇ ਜੇ ਇੱਥੇ ਹਾਈਬ੍ਰਿਡ ਵਗੈਰਾ ਵਰਾਇਟੀ ਲੱਗੀ ਹੁੰਦੀ ਜਾਂ ਕੋਈ ਸ਼ੋਰਟ ਟਰਮ ਵਰਾਇਟੀ ਲੱਗੀ ਹੁੰਦੀ ਤਾਂ ਫਿਰ ਉਹਦੀ ਗਰੋਥ ਹੋ ਸਕਦਾ ਇਹਨਾਂ ਵੀ ਜ਼ਿਆਦਾ ਹੁੰਦੀ। ਸੋ ਬੂਟੇ ਬਿਲਕੁਲ ਹੈਲਥੀ ਹੈਗੇ, ਕੋਈ ਕਮੀ ਪੇਸ਼ੀ ਨਹੀਂ ਹੈਗੀ ਇਹਨਾਂ ਦੇ ਵਿੱਚ, ਅਤੇ ਕਿਸੇ ਚਰਾਂ ਦੀ ਕੋਈ ਘਾਟ ਨਹੀਂ ਹੈਗੀ ਜੀ ਇਹਦੇ ਵਿੱਚ। ਦੋਸਤੋ, ਜਦੋਂ ਇਹ ਝੋਨਾ 9 ਦਿਨ ਦਾ ਸੀਗਾ ਤਾਂ 1 ਕਨਾਲ ਥਾਂ ਦੇ ਵਿੱਚ 1/2 ਕਿਲੋ ਜਿਹੜੀ ਹੈਗੀ ਆਪਾਂ ਮਾਈਕੋਰਾਈਜ਼ਾ ਲਿਆ ਕੇ ਪਾਇਆ ਸੀਗਾ ਡਾਕਟਰ ਦਲੇਰ ਸਿੰਘ ਜੀ ਹੋਣਾਂ ਦੇ ਕਹਿਣ 'ਤੇ। ਮਾਈਕੋਰਾਈਜ਼ਾ ਪਾਇਆ ਸੀਗਾ 9ਵੇਂ ਦਿਨ, 10ਵੇਂ ਦਿਨ ਪਾਤੀ ਜੀ ਸਰੋਂ ਦੀ ਖੱਲ ਕਿੱਲੇ ਦੀ, 30 ਕਿਲੋ ਦੇ ਹਿਸਾਬ ਦੇ ਨਾਲ 4 ਕਿਲੋ ਆਪਾਂ ਇਹਦੇ ਵਿੱਚ ਪਾਤੀ ਸੀਗੀ, 3.5-4 ਕਿਲੋ। ਅਤੇ ਓਵਰਆਲ ਤੁਸੀਂ ਗਰੋਥ ਵਗੈਰਾ ਦੇਖ ਲਓ ਕਿੰਨੀ ਆ। 10ਵੇਂ ਦਿਨ ਖਾਦ ਸਰੋਂ ਦੀ ਖੱਲ ਪਾਈ ਸੀਗੀ, ਅਤੇ 3 ਕਿਲੋ ਜਿਹੜੀ ਹੈਗੀ ਆ ਖਾਦ ਦਾ ਪ੍ਰਯੋਗ ਕੀਤਾ ਗਿਆ ਸੀਗਾ। ਇਹ ਡਿਫਰੈਂਸ ਇੰਨਾ ਵਾ ਜੇ ਆ ਜਿਹੜੀਆਂ ਫੋਰਸ ਵਿੱਚ ਆ, ਅਤੇ ਜਿਹੜੀਆਂ ਵੱਟਾਂ ਵਾ ਉਹ ਬਿਲਕੁਲ ਮਤਲਬ ਪੱਤੇ ਜਿਹੜੇ ਹੈਗੇ ਇੱਕ ਦੂਸਰੇ ਨਾਲ ਆ ਭਿੜਨੇ ਸ਼ੁਰੂ ਹੋ ਗਏ ਆ। ਜਦੋਂ ਇਹ ਥਾਂ ਭਰ ਗਈ ਤਾਂ ਉਸ ਤੋਂ ਬਾਅਦ ਵਿੱਚ ਇਹਨਾਂ ਦਾ ਇਹ ਜਿਹੜੀ ਥਾਂ ਹੈਗੀ ਇਹ ਭਰਨੀ ਸ਼ੁਰੂ ਹੋ ਜੂਗੀ ਹੌਲੀ ਹੌਲੀ। ਸੋ ਇਹਦੇ ਵਿੱਚ 3 ਕਿਲੋ ਜਿਹੜੀ ਹੈਗੀ ਆ ਖਾਦ ਪਾਈ ਗਈ ਆ ਕਿੱਲੇ ਦੀ, ਮਤਲਬ 30 ਕਿਲੋ ਦੇ ਹਿਸਾਬ ਦੇ ਨਾਲ, ਸਾਢੇ ਕੁ ਤਿੰਨ ਕਿਲੋ ਜਿਹੜੀ ਹੈਗੀ ਖਾਦ ਪਾਈ ਗਈ ਆ ਕਿੱਲੇ ਦੀ 30 ਕਿਲੋ ਦੇ ਹਿਸਾਬ ਦੇ ਨਾਲ। ਵੀਡੀਓ ਥੋੜ੍ਹੀ ਜਿਹੀ ਲੰਬੀ ਹੋ ਸਕਦੀ, ਪਰ ਆਪਾਂ A to Z ਇਨਫੋਰਮੇਸ਼ਨ ਜਿਹੜੀ ਮੈਂ ਦੇਖੀ ਆ ਇਹਨਾਂ ਦਿਨਾਂ 'ਚ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ। ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੀ ਬਾਉਂਡਰੀ ਹੈਗੀ ਆ ਉਹ ਮਤਲਬ ਆਪਾਂ ਦੂਸਰੇ ਦਿਨ ਜਿਹੜੀ ਹੈਗੀ ਆ ਲੇਪ ਦੇਣੀ ਹੈ ਚੰਗੀ ਤਰ੍ਹਾਂ, ਜਿੱਦਾਂ ਆਪਾਂ ਕੱਦੂ ਵਾਲੇ ਝੋਨੇ ਵਿੱਚ ਕਰਦੇ ਹਾਂ, ਠੀਕ ਆ ਜੀ। ਅਤੇ ਦੂਸਰੇ ਨੰਬਰ ਉੱਤੇ ਜਦੋਂ ਆਪਾਂ ਪੌਦ ਜਿਹੜੀ ਤਿਆਰ ਕਰਨੀ ਆ ਉਹ ਆਪਣੀ ਪੌਦ ਜਿਹੜੀ ਹੈਗੀ ਆ ਕਰੀਬ ਜਦੋਂ ਆਪਾਂ ਤਿਆਰ ਕਰਨੀ ਆ ਤਾਂ ਆਪਾਂ ਦੋਸਤੋ 1 ਮਰਲੇ ਦਾ ਜਿਹੜਾ ਹੈਗਾ ਵਾ 1.5 ਕਿਲੋ ਬੀਜ ਜਿਹੜਾ ਹੈਗਾ ਉਹ ਪਾਉਣਾ ਵਾ। 1.5 ਕਿਲੋ ਬੀਜ ਪਾਉਣ ਦੇ ਪਿੱਛੇ ਇਹ ਹੁੰਦਾ ਵਾ ਕਿ ਆਪਣੇ ਜਿਹੜੇ ਹੈਗੇ ਨੇ ਜਿਹੜੀ ਪਨੀਰੀ ਹੈਗੀ ਉਹ ਮਤਲਬ ਹੈਲਥੀ ਹੁੰਦੀ ਆ ਥੋੜ੍ਹੀ ਜਿਹੀ, ਅਤੇ ਜਲਦੀ ਜਿਹੜਾ ਹੈਗਾ ਤੁਰ ਪੈਂਦੀ ਆ, ਉਹਦਾ ਮਤਲਬ ਜਿਹੜਾ ਫੁਟਾਰਾ ਵਾ ਉਹ ਜਲਦੀ ਸ਼ੁਰੂ ਹੋ ਜਾਂਦਾ ਵਾ। ਇਹਦੀ ਉਚਾਈ ਵਗੈਰਾ ਦੇਖ ਲਓ ਅਜੇ 1 ਗੇਟ ਦੇ ਕਰੀਬ ਹੈਗੀ ਆ, ਅਤੇ ਬਟ ਇਹਦੇ ਵਿੱਚ ਹਰਿਆਪਨ ਵਗੈਰਾ ਜਿਸ ਤਰ੍ਹਾਂ ਆਪਾਂ ਦੇਖ ਲਈਏ ਬਹੁਤ ਵਧੀਆ, ਬਹੁਤ ਸ਼ਾਨਦਾਰ ਹਰਿਆਪਨ ਹੈਗਾ। ਜਿਹੜੇ ਵੀਰਾਂ ਨੇ ਅਜੇ ਬਾਸਮਤੀ ਦੀ ਟਰਾਂਸਪਲਾਂਟ ਕਰਨੀ ਆ ਉਹਨਾਂ ਨੂੰ ਮੈਂ ਆਖੂੰਗਾ ਕਿ ਤੁਸੀਂ ਜਿਹੜੀ ਹੈਗੀ ਆ ਵੱਟਾਂ ਉੱਤੇ ਬਾਸਮਤੀ ਜਿਹੜੀ ਹੈਗੀ ਬੀਜ ਕੇ ਦੇਖੋ, ਅਤੇ ਬਹੁਤ ਫਾਇਦੇ ਹੈਗੇ ਨੇ ਇਹਦੇ। ਅਤੇ ਇਹੀ ਉਹ ਸਟੇਜ ਆ ਦੋਸਤੋ ਜਿਹੜੀ ਮਤਲਬ ਕੱਦੂ ਵਾਲੇ ਝੋਨੇ ਨੂੰ ਇਹ ਜਿਹੜਾ ਝੋਨਾ ਵੱਟਾਂ ਵਾਲਾ ਉਹ ਪਿੱਛੇ ਛੱਡ ਦਿੰਦਾ ਵਾ। ਜਦੋਂ ਆਪਾਂ ਟਰਾਂਸਪਲਾਂਟ ਕਰਦੇ ਹਾਂ ਪੈਡੀ ਕੱਦੂ ਵਾਲੇ ਦੇ ਵਿੱਚ ਤਾਂ ਉਹਦੇ ਜਿਹੜੇ ਪੱਤੇ ਹੁੰਦੇ ਨੇ ਉਹ 3 ਹੁੰਦੇ ਨੇ, ਉਹਨਾਂ 3ਾਂ ਵਿੱਚੋਂ 2 ਪੱਤੇ ਜਿਹੜੇ ਪਾਣੀ ਵਿੱਚ ਝੁਲਸ ਜਾਂਦੇ ਨੇ, ਉਹਨਾਂ ਵਿੱਚੋਂ ਸਿਰਫ 1 ਪੱਤਾ ਜਿਹੜਾ ਹੁੰਦਾ ਵਾ ਉਹ ਸਰਵਾਈਵ ਕਰ ਪਾਉਂਦਾ। ਬਟ ਕਿ ਇਹਦੇ ਵਿੱਚ ਕੁਛ ਵੱਖਰਾ ਵਾ, ਇਹਦੇ ਵਿੱਚ ਉਹ 3 ਦੇ 3 ਪੱਤੇ ਜਿਹੜੇ ਸਰਵਾਈਵ ਕਰ ਜਾਂਦੇ ਕਿਉਂਕਿ ਪਾਣੀ ਆਪਣਾ ਹੇਠਾਂ ਰਹਿਣਾ ਵਾ ਅਤੇ ਫਸਲ ਆਪਣੀ ਜਿਹੜੀ ਹੈਗੀ ਉੱਚੇ ਥਾਂ ਵਾ। ਸੋ ਇਹ ਦੇਖ ਲਓ, ਵਿੱਚ ਆਪਣੇ ਮਿੱਤਰ ਜੀਵ ਵਗੈਰਾ ਵੀ ਹੈਗੇ ਨੇ ਜਿਹੜੇ ਇਹ ਮਤਲਬ ਇੱਥੋਂ ਦੀ ਜਿਹੜੀ ਮਿੱਟੀ ਨੂੰ ਉੱਤੋਂ ਫਰੋਲ ਰਹੇ ਨੇ। ਇਹ ਮੱਕੜੀ ਆ ਥੱਲੇ, ਜਿਹੜੇ ਜੀਵ ਪਾਣੀ ਵਾਲੇ ਹੋਣਗੇ ਉਹ ਪਾਣੀ ਵਿੱਚ ਰਹਿਣਗੇ, ਜਿਹੜੇ ਉੱਦਾਂ ਮਤਲਬ ਮਿੱਟੀ ਵਿੱਚ ਰਹਿੰਦੇ ਨੇ ਉਹ ਉੱਪਰਲੀ ਜਿਹੜੀ ਹੈਗੀ ਤੈਅ ਆਪਣੀ ਵੱਟਾਂ ਵਾਲੀ ਉਹਦੇ ਉੱਤੇ ਰਹਿਣਗੇ। ਸੋ ਦੋਸਤੋ, ਇਹ ਆ ਜੀ ਉਹ ਪਰੂਵ ਜਿਹੜੇ ਹੈਗੇ ਨੇ, ਮੈਂ ਤੁਹਾਡੇ ਨਾਲ ਸਮਝੇ ਗੱਲ ਲਿਆ, ਪ੍ਰੋਸੀਡਿੰਗਸ ਆਫ ਦਾ ਇੰਟਰਨੈਸ਼ਨਲ ਵਰਕਸ਼ਾਪ ਔਨ ਵਾਟਰ ਸੇਵਿੰਗ ਪ੍ਰੈਕਟਿਸ ਇਨ ਰਾਈਸ ਪੈਡੀ ਕਲਟੀਵੇਸ਼ਨ। ਇਹਦੇ ਦੋਸਤੋ 101 ਪੇਜ ਹੈਗੇ ਆ, ਤੁਸੀਂ ਗੂਗਲ 'ਤੇ ਜਾ ਕੇ ਸਰਚ ਮਾਰੋ। ਸਰਚ ਮਾਰਨ ਤੋਂ ਬਾਅਦ ਵਿੱਚ ਜਿਹੜਾ ਹੈਗਾ ਵਾ ਆਪਣੇ ਕੋਲ 1 PDF ਖੁੱਲ ਜੂਗੀ, ਜਿਹਦੇ ਵਿੱਚ ਕਰੀਬ 11 ਜਿਹੜੀਆਂ ਹੈਗੀਆਂ ਰਿਸਰਚਾਂ ਹੋਈਆਂ ਵਾ ਵਾਟਰ ਸੇਵਿੰਗ ਮੈਨੇਜਮੈਂਟ ਦੇ ਉੱਤੇ ਜੀ। ਉਹਨਾਂ ਵਿੱਚੋਂ ਇਹ 6ਵੀਂ ਰਿਸਰਚ ਹੈਗੀ ਆ ਇਫੈਕਟ ਆਫ ਕਨਵੈਨਸ਼ਨ ਐਂਡ ਫੋਰੋ ਪਲਾਂਟਿੰਗ, ਕਿ ਜਿਹੜਾ
ਇਹ ਫੋਰੋ ਪਲਾਂਟਿੰਗ ਆਪਾਂ ਕੀਤੀ ਆ ਵੱਟਾਂ ਉੱਤੇ, ਉਹਦੇ ਕੀ ਇਫੈਕਟ ਹੈਗੇ ਆ ਜਾਂ ਕਿੰਨੀ ਉਹਦੇ ਵਿੱਚ ਗਰੋਥ ਵਗੈਰਾ ਹੋਈ ਆ, ਪਾਣੀ ਦੀ ਆਪਣੀ ਕਿੰਨੀ ਬਚਤ ਹੈਗੀ ਆ। ਇਹਦੇ ਵਿੱਚ ਇਹਨਾਂ ਨੇ 25 ਮਈ ਨੂੰ, 10 ਜੂਨ ਨੂੰ ਅਤੇ 25 ਜੂਨ ਨੂੰ ਜਿਹੜੇ ਹੈਗੇ ਆ ਟਰਾਇਲ ਕੀਤੇ ਸੀਗੇ, ਜਿਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਇਹਦੇ ਆਹ ਜਿਹੜਾ ਹੈਗਾ ਆਪਣੀ ਫੋਰੋ ਪਲਾਂਟਿੰਗ ਕੀਤੀ ਆ, ਇਹਦੇ ਵਿੱਚ 5% ਤੱਕ, ਇਹ 5% ਤੱਕ ਫੋਰੋ ਪਲਾਂਟਿੰਗ ਮੈਥਡ ਦੇ ਵਿੱਚ ਜਿਹੜਾ ਫੋਟੋਸਿੰਥੈਟਿਕ ਏਰੀਆ ਜਿਹੜਾ ਹੈਗਾ ਸੂਰਜ ਦੀ ਰੋਸ਼ਨੀ ਦਾ ਏਰੀਆ ਉਹ ਵੱਧ ਜਾਂਦਾ ਵਾ, ਅਤੇ ਉਹਦੇ ਨਾਲ ਆਪਣੀ ਜਿਹੜੀ ਯੀਲਡ ਹੁੰਦੀ ਆ, ਗ੍ਰੇਨਸ ਦੀ ਕੁਆਲਿਟੀ ਜਿਹੜੀ ਹੁੰਦੀ ਆ ਉਹ ਵੱਧ ਜਾਂਦੀ ਆ ਬਿਲਕੁਲ ਹੀ। ਅਤੇ ਇਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਵਾ, ਚਾਰ ਹਜ਼ਾਰ ਲੀਟਰ ਜਿਹੜਾ ਵਾਟਰ ਹੈਗਾ ਵਾ ਉਹ ਆਪਣਾ ਕੰਜ਼ਪਸ਼ਨ ਹੁੰਦਾ ਵਾ 1 ਕਿਲੋਗ੍ਰਾਮ ਰਾਈਸ ਨੂੰ ਜਿਹੜਾ ਹੈਗਾ ਵਾ ਕਵਰ ਕਰਨ ਵਾਸਤੇ, 4000 ਲੀਟਰ 1 ਕਿਲੋ ਪਿੱਛੇ ਜਿਹੜਾ ਹੈਗਾ ਵਾ ਰਾਈਸ ਕਲਟੀਵੇਸ਼ਨ ਵਾਸਤੇ ਯੂਜ਼ ਕੀਤਾ ਜਾਂਦਾ। ਸੋ ਇਹਦੇ ਵਿੱਚ ਜਿਹੜੀ ਰੇਨਫਾਲ ਜਿਹੜੀ ਹੈਗੀ ਓਬਜ਼ਰਵ ਕੀਤੀ ਗਈ ਉਹ 705 mm ਜਿਹੜੀ ਹੈਗੀ ਆ ਰੇਨਫਾਲ ਸੀਗੀ। ਦੋ ਵਰਾਇਟੀਆਂ ਸੀਗੀਆਂ, PR 118 ਅਤੇ 115 ਦੀ ਇਹਦੇ ਵਿੱਚ ਜ਼ਿਕਰ ਹੋਇਆ ਵਾ। ਇਹ ਡਾਟਾ ਦੋਸਤੋ ਜਿਹੜਾ ਹੈਗਾ ਵਾ 5% ਜਿਹੜਾ ਫੋਟੋਸਿੰਥੈਟਿਕ ਏਰੀਆ ਆਪਣਾ ਜਿਹੜਾ ਹੈਗਾ ਸੂਰਜ ਦੀ ਰੋਸ਼ਨੀ ਵਾਲਾ ਉਹ ਇਹ ਕੇਸ ਵਿੱਚ ਜਿਹੜਾ ਹੈਗਾ ਵੱਧ ਜਾਂਦਾ ਵਾ, ਠੀਕ ਆ ਜੀ। ਅਤੇ ਅੱਗੇ ਦੋਸਤੋ ਟੇਬਲ ਹੈਗਾ ਵਾ, ਇਹਨਾਂ ਨੇ ਇਹਦੇ ਵਿੱਚ ਦੱਸਿਆ ਕਿ ਇਹਦੇ ਵਿੱਚ 27 ਜੁਲਾਈ ਤੋਂ ਜਿਹੜਾ ਹੈਗਾ ਵਾ ਉਹ ਇਹਨਾਂ ਨੇ ਓਬਜ਼ਰਵੇਸ਼ਨਾਂ ਸ਼ੁਰੂ ਕੀਤੀਆਂ ਸੀਗੀਆਂ। ਅਤੇ ਕੱਦੂ ਵਾਲਾ ਜਿਹੜਾ ਮੈਥਡ ਹੈਗਾ ਵਾ, ਇਹ ਕੱਦੂ ਵਾਲਾ ਮੈਥਡ ਆ, ਕੱਦੂ ਵਾਲੇ ਮੈਥਡ ਦੇ ਵਿੱਚ PR 118 ਵਰਾਇਟੀ ਦੀਆਂ 18 ਟਿੱਲਰ ਸੀਗੇ ਪਹਿਲਾਂ, ਅਤੇ ਉਸ ਤੋਂ ਬਾਅਦ ਵਿੱਚ ਮੀਨ ਇਹਦਾ ਨਿਕਲ ਆਏ 19। ਅਤੇ ਫੋਰੋਸ ਦੇ ਵਿੱਚ ਜਿਹੜੀਆਂ ਵੱਟਾਂ ਵਾਲਾ ਵਾ ਇਹਦੇ ਵਿੱਚ ਦੋਸਤੋ 21 ਸੀਗੇ ਪਹਿਲਾਂ, ਅਤੇ ਮੀਨ ਨਿਕਲ ਆਏ 22, 3 ਟਿੱਲਰ ਜਿਹੜੇ ਹੈਗੇ ਆ ਇੱਥੇ ਵੱਧ ਜਾਂਦੇ ਆਪਣੇ। ਉਸ ਤੋਂ ਬਾਅਦ ਵਿੱਚ 115 ਵਰਾਇਟੀ ਦੇ ਵਿੱਚ 16 ਟਿੱਲਰ ਸੀ ਅਤੇ ਮੀਨ ਨਿਕਲ ਆਏ 19। ਅਤੇ ਫੋਰੋਸ ਦੇ ਵਿੱਚ ਜਿਹੜੀਆਂ ਵੱਟਾਂ ਵਾਲੀਆਂ ਹੈਗੀਆਂ ਉਹਨਾਂ 'ਚ 21 ਸੀਗੇ ਅਤੇ ਮੀਨ ਨਿਕਲ ਆਏ 23। ਸੋ 3 ਤੋਂ 4 ਟਿੱਲਰ ਜਿਹੜੇ ਹੈਗੇ ਇਹਦੇ ਵਿੱਚ ਨਿਕਲੇ ਸੀਗੇ 115 ਵਰਾਇਟੀ ਅਤੇ PR 100 ਜਿਹੜੀ ਹੈਗੀ 18। ਅਤੇ ਇਹਦੇ ਵਿੱਚ ਟਿੱਲਰ ਵਰਾਇਟੀ ਜਿਹੜੀ ਹੈਗੀ ਆ ਇਸ ਟਾਈਮ 'ਤੇ ਵਧੀਆ ਪੂਰੀ, ਕੋਈ ਸ਼ੱਕ ਨਹੀਂ ਹੈਗਾ। ਅਤੇ ਇਹ ਸਟੱਡੀ 2004 ਅਤੇ 2005 ਦੀ ਆ, ਠੀਕ ਆ ਜੀ, ਕਰੀਬ 10-12 ਸਾਲ ਪਹਿਲਾਂ ਦੀ ਆ, 15 ਕੁ ਸਾਲ ਦੀ। ਅਤੇ ਅੱਗੇ ਤੁਸੀਂ ਦੇਖ ਲਓ ਕਿ ਇਹ ਸਟੱਡੀਆਂ ਜਿਹੜੀਆਂ ਹੈਗੀਆਂ ਵਾ ਕਰੀਬ ਗੂਗਲ ਦੇ ਉੱਤੇ ਹੀ ਰਹਿ ਗਈਆਂ, ਪਰ ਅਜਮਾਇਆ ਕਿਸੇ ਵੀਰ ਨੇ ਨਹੀਂ। ਅਤੇ ਜ਼ਰੂਰ ਯਾਰ ਲਾਓ ਥੋੜ੍ਹਾ ਥੋੜ੍ਹਾ ਥਾਂ, ਠੀਕ ਆ ਜੀ। ਸੋ ਇਹਦੇ ਵਿੱਚ ਜਿਹੜੀ ਡੇਟ ਆਫ ਸੋਇੰਗ ਹੈਗੀ ਆ ਉਹ 10 ਜੂਨ ਨੂੰ ਰੈਕਮੈਂਡ ਕੀਤਾ ਗਿਆ ਕਿ 10 ਜੂਨ ਜਿਹੜੀ ਹੈਗੀ ਆ ਉਹ ਬਿਲਕੁਲ ਸਹੀ ਡੇਟ ਹੈਗੀ ਆ, ਜੇਕਰ ਤੁਸੀਂ ਜਿਹੜਾ ਹੈਗਾ ਵਾ ਆਪਣੀ ਪੈਡੀ ਵਗੈਰਾ ਟਰਾਂਸਪਲਾਂਟ ਕਰਨੀ ਆ ਉਹਦੇ ਵਿੱਚ ਹਾਇਰ ਯੀਲਡ ਹੈਗੀ ਆ। ਇਹਦੇ ਵਿੱਚ ਦੋਸਤੋ ਫੋਟੋਸਿੰਥੈਟਿਕ ਏਰੀਆ ਜਿਹੜਾ ਹੈਗਾ ਵਾ ਸੂਰਜ ਦੀ ਰੋਸ਼ਨੀ ਵਾਲਾ ਉਹ 5% ਵਧਿਆ ਵਾ, ਗ੍ਰੀਨ ਯੀਲਡ 13% ਤੱਕ ਵਧੀ ਆ, ਅਤੇ ਗਰਾਊਂਡ ਵਾਟਰ ਜਿਹੜਾ ਹੈਗਾ ਵਾ 30% ਤੱਕ ਜਿਹੜਾ ਹੈਗਾ ਸੇਵਿੰਗ 'ਚ ਇਹਦੇ ਵਿੱਚ ਆਇਆ ਵਾ ਇਸ ਜਿਹੜੀ ਹੈਗੀ ਰਿਸਰਚ ਉਹਦੇ ਅਕੋਰਡਿੰਗ ਲਈ। ਅਤੇ ਰੇਨ ਵਾਟਰ ਜਿਹੜਾ 700 mm ਹੈਗਾ ਵਾ ਉਹਦਾ ਕੋਈ ਜ਼ਿਕਰ ਨਹੀਂ ਕੀਤਾ ਇਹਨਾਂ ਨੇ ਵੀ ਉਹ ਜੇ ਆਪਾਂ ਜ਼ਮੀਨ ਵਿੱਚ ਚੱਲ ਜਾਂਦਾ ਵਾ ਤਾਂ ਉਹਦੇ ਵਿੱਚ ਆਪਣਾ ਜਿਹੜਾ ਹੈਗਾ ਕਿੰਨੀ ਪਾਣੀ ਦੀ ਬਚਤ ਹੈਗੀ ਆ। ਟੋਟਲੀ ਇਹਨਾਂ ਨੇ ਕੰਪੈਰੀਜ਼ਨ ਜਿਹੜਾ 30% ਵਾਟਰ ਸਵਿੰਗ ਦਾ ਕੀਤਾ ਉਹ ਪੈਡੀ ਕਰੋਪ ਦਾ, ਅਤੇ ਜਿਹੜਾ ਹੈਗਾ ਵਾ ਆਪਣਾ ਵੱਟਾਂ ਵਾਲਾ ਝੋਨਾ ਉਹਦਾ ਕੀਤਾ ਵਾ। ਅਤੇ ਉਹਦੇ ਅਕੋਰਡਿੰਗਲੀ ਜਿਹੜਾ ਹੈਗਾ ਵਾ 30% ਤੋਂ ਲੈ ਕੇ 50% ਤੱਕ ਸੇਵਿੰਗ ਆਪਣੀ ਬਣਦੀ ਇਹਦੇ ਵਿੱਚ। ਅਤੇ ਬਾਕੀ ਰਹੀ ਗੱਲ ਗਡੋਇਆਂ ਦੀ, ਇਹ ਆ ਵੀਰ ਜੀ ਗਡੋਏ, ਆਹ ਦੇਖ ਲਓ ਵੱਟ 'ਤੇ ਆ, ਇਹ ਗਡੋਏ ਆ ਗਏ ਨੇ ਬਿਲਕੁਲ ਇਹ ਝੋਨੇ ਦੇ ਬੂਟੇ ਦੇ ਬਿਲਕੁਲ ਕੋਲ ਵਾ, ਠੀਕ ਆ ਜੀ। ਇਹ ਥੱਲੇ ਦੇਖ ਲਓ ਨਿੱਕੇ ਨਿੱਕੇ ਜੀਵ ਹੈਗੇ ਨੇ, ਇਹ ਗਡੋਏ ਆ, ਕਿਤੇ ਇਹ ਭੁਲੇਖਾ ਨਾ ਰਹੇ ਵੀ ਗਡੋਏ ਜਿਹੜੇ ਹੈਗੇ ਨੇ ਉਹ ਨਹੀਂ ਆਉਂਦੇ। ਸੋ ਗਡੋਏ ਆਉਣ ਡੇ ਪਏ ਨੇ, ਜਦੋਂ ਆਪਾਂ ਇੱਥੇ ਪਾਣੀ ਦੇਣਾ ਬੰਦ ਕਰ ਦਾਂਗੇ ਤਾਂ ਆਟੋਮੈਟਿਕਲੀ ਜਿਹੜੀ ਹੈਗੀ ਆ ਥੱਲਿਓਂ ਗਡੋਏ ਵਗੈਰਾ ਆਉਣੇ ਸ਼ੁਰੂ ਹੋ ਜਾਣੇ ਆ। ਅਤੇ ਜਿਹੜੇ ਵੀਰ ਮੇਰੇ ਨੈਚੁਰਲ ਫਾਰਮਿੰਗ ਕਰਦੇ ਨੇ ਉਹ ਜੇ ਕੱਦੂ ਕਰਦੇ ਨੇ ਤਾਂ ਫਿਰ ਜਿਹੜਾ ਹੈਗਾ ਮੁਸ਼ਕਲ ਜੇ ਪਈ ਵੱਟਾਂ 'ਤੇ ਜਿਹੜਾ ਹੈਗਾ ਉਹ ਝੋਨਾ ਲਾਉਣਾ ਸ਼ੁਰੂ ਕਰ ਦਿਉ, ਜਾਂ DSR ASR ਵਿਧੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅਪਣਾਓ। ਉਹਨਾਂ ਨੂੰ ਜਿੰਨਾ ਤੁਸੀਂ ਅਪਣਾਓਗੇ ਉਨਾ ਤੁਹਾਡੀ ਜਿਹੜੀ ਜ਼ਮੀਨ ਹੈਗੀ ਆ ਛੇਤੀ ਬਦਲੂਗੀ। ਸੋ ਗਡੋਏ ਜਿਹੜੇ ਹੈਗੇ ਨੇ ਆਪਣਾ ਨੈਚੁਰਲ ਕੰਮ ਕਰਦੇ ਨੇ, ਜਿੰਨੀ ਵੀ ਆਪਾਂ ਨੂੰ ਖਾਦ ਵਗੈਰਾ ਚਾਹੀਦੀ ਹੁੰਦੀ ਆ ਉਹ ਜਿਹੜੀ ਹੈਗੀ ਆ ਕੰਪੋਸਟ ਦੇ ਰੂਪ ਵਿੱਚ ਆਪਣੀ ਜ਼ਮੀਨ ਦੇ ਵਿੱਚ ਹੀ ਬਣਦੀ ਆ। ਸੋ ਇਹ ਕੰਕਲੂਜ਼ਨ ਸੀਗੀ ਦੋਸਤੋ ਐਂਡ 'ਤੇ, 30% ਤੱਕ ਵਾਟਰ ਸੇਵਿੰਗ ਆ, 5% ਤੱਕ ਫੋਰੋ ਟਰਾਂਸਪਲਾਂਟਿੰਗ ਕਰੋਪ ਵਿੱਚ ਜਿਹੜੀ ਹੈ ਕਨਵੈਨਸ਼ਨਲ ਮੈਥਡ ਨਾਲੋਂ ਵਧੀਆ ਵਾ,
ਸੋ ਓਵਰਆਲ ਜੇ ਗੱਲ ਕੀਤੀ ਜਾਵੇ ਤਾਂ ਇਹ ਸਟੱਡੀ ਜਿਹੜੀ ਹੈਗੀ ਆ 1996-97 ਦੇ ਵਿੱਚ ਡਾਕਟਰ ਦਲੇਰ ਸਿੰਘ ਜੀ ਹੁਣਾਂ ਨੇ ਵੀ ਕੀਤੀ ਸੀਗੀ, ਅਤੇ ਬਾਅਦ ਵਿੱਚ ਇਹਦੇ 'ਤੇ ਥੋੜ੍ਹਾ ਬਹੁਤਾ ਕੰਮ ਹੋਇਆ ਅਤੇ ਇਹ ਕੁੱਲ ਵਾਟਰ ਸੇਵਿੰਗ ਦੀਆਂ 11 ਜਿਹੜੀਆਂ ਹੈਗੀਆਂ 11 ਰਿਸਰਚਾਂ ਹੈਗੀਆਂ ਨੇ ਜਿਹੜੀਆਂ ਤੁਹਾਨੂੰ ਗੂਗਲ ਤੋਂ ਅਰਮਾਨ ਨਾਲ ਮਿਲ ਜਾਣਗੀਆਂ। ਉਹਨਾਂ ਨੂੰ ਦੇਖੋ, ਪਰਖੋ ਅਤੇ ਅਜਮਾਓ ਇਹਨਾਂ ਚੀਜ਼ਾਂ ਨੂੰ। ਮੈਂ ਹੁਣ ਤੱਕ ਪੂਰਾ ਸੈਟਿਸਫਾਈਡ ਹਾਂ ਇੱਕ ਥਾਂ ਜਿਹੜਾ ਹੈਗਾ ਵਾ ਕਨਾਲ ਤੋਂ, ਅਤੇ ਅਗਲੇ ਸਾਲ ਜਿਹੜੇ ਹੈਗੇ ਆ ਇਹਦੇ ਮੈਂ 10 ਕਿੱਲੇ ਲਾਉਣ ਜਾ ਰਿਹਾ ਵਾਂ ਆਹ ਸਟੇਜ ਦੇ ਉੱਤੇ ਹੀ। ਅਤੇ ਅਜੇ ਦੇਖੋ ਅੱਗੇ ਕੀ ਰਿਜ਼ਲਟ ਮਿਲਦੇ ਨੇ, ਕੀ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਹਦਾਇਤਾਂ ਅੱਗੇ ਸਾਹਮਣੇ ਆਉਂਦੀਆਂ ਨੇ। ਸੋ ਅਗਲਾ ਜਿਹੜਾ ਪਾਰਟ ਹੈਗਾ ਵਾ ਉਹ ਕਰੀਬ 1 ਮਹੀਨੇ 'ਤੇ ਬਣਾਵਾਂਗੇ ਜੀ ਵੀਡੀਓ, ਅਤੇ ਇਹਨਾਂ 10 ਦਿਨਾਂ ਦੇ ਦੌਰਾਨ ਇਹਦੇ ਵਿੱਚ ਕੀ ਦੇਖਿਆ ਹੁਣ ਤੱਕ, ਪਰਖਿਆ ਵਾ, ਟਿੱਲਰ ਵਗੈਰਾ ਕਿੰਨੀ ਆ, ਕੁਆਲਿਟੀ ਕਿੰਨੀ, ਉਹ ਸਾਰਾ ਕੁਛ ਡਿਸਕਸ ਕਰਾਂਗੇ। ਅੱਜ ਵਾਸਤੇ ਇੰਨਾ ਹੀ ਜੀ, ਧੰਨਵਾਦ ਸਾਰੇ ਵੀਰਾਂ ਦਾ। ਅਤੇ ਮੇਨ ਜਿਹੜਾ ਫੋਕਸ ਰਹੂਗਾ ਉਹ ਇਹ ਰਹੂਗਾ ਕਿ ਪੰਜਾਬ ਦੇ ਵਿੱਚ ਕਰੀਬ 500 ਤੋਂ ਲੈ ਕੇ ਅਤੇ 1000 mm ਤੱਕ ਬਾਰਿਸ਼ ਹੁੰਦੀ ਆ, ਅਤੇ ਉਹਦਾ ਪਾਣੀ ਜਿਹੜਾ ਹੈਗਾ ਵਾ ਉਹ ਸਾਰਾ ਦਾ ਸਾਰਾ ਆਪਣੀ ਜ਼ਮੀਨ ਦੇ ਵਿੱਚ ਜਾਂਦਾ ਜਾਂ ਨਹੀਂ ਜਾਂਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਟਰਸਟਿੰਗ ਚੀਜ਼ਾਂ ਉਹ ਦੇਖਣ ਵਾਲੀਆਂ ਹੋਣਗੀਆਂ ਇਸ ਮੈਥਡ ਦੇ ਵਿੱਚ, ਅਤੇ ਇੱਕ ਦੂਸਰੇ ਬੰਦੇ ਕੱਦੂ ਵਾਲੇ ਦੇ ਵਿੱਚ। ਸੋ ਓਵਰਆਲ ਜੇ ਦੇਖੀਏ ਤਾਂ ਮੈਥਡ ਪੂਰਾ ਸਸਟੇਨੇਬਲ ਆ। ਜਿਹੜੇ ਵੀਰਾਂ ਨੇ ਅਜੇ ਤੱਕ ਬਾਸਮਤੀ ਦੀ ਬਿਜਾਈ ਕਰਨੀ ਆ ਉਹ ਵੀਰੋ ਜ਼ਰੂਰ ਜਿਹੜਾ ਹੈਗਾ ਵੱਟਾਂ 'ਤੇ ਲਾ ਕੇ ਦੇਖੋ। ਓਕੇ ਜੀ, ਧੰਨਵਾਦ।